ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਛਿਪ ਰਿਹਾ ਹੈ ਜੀ, ਬੱਦਲ ਉੱਠ ਰਹੇ ਹੈ, ਠੰਡੀ ਹਵਾ ਚੱਲ ਰਹੀ ਹੈ। ਮੈਂ ਤਾਂ ਇੱਕ ਪਤਲੀਆਂ ਆਪਣੀਆਂ ਕੋਟੀਆਂ ਜੈਕਟਾਂ ਜੀ ਰੱਖੀਆਂ ਹੋਈਆਂ ਨੇ, ਉਹ ਪਾ ਲੈਣੀਆਂ ਨੇ। ਅਤੇ ਮਤਲਬ ਕਿ ਇੱਧਰ ਠੰਡ ਦਾ ਮੌਸਮ ਹੈ ਨਹੀਂ, ਪਰ ਜਿਹੜੀ ਆ ਹਵਾ ਹੈ ਬਹੁਤ ਠੰਡੀ ਚੱਲਦੀ ਹੈ, ਅਤੇ ਮੈਨੂੰ ਤਾਂ ਠੰਡ ਲੱਗਦੀ ਹੁੰਦੀ ਹੈ। ਫਿਰ ਮੈਂ ਹੀ ਇਕੱਲੀ ਪਾਉਂਦੀ ਹਾਂ, ਹੋਰ ਨਹੀਂ ਕੋਈ ਪਾਉਂਦਾ। ਹੋਰ ਤਾਂ ਕਈਆਂ ਦੇ ਬਿਨਾਂ ਬਾਹਾਂ ਤੋਂ ਹੀ ਟੀ ਸ਼ਰਟਾਂ ਪਾਈਆਂ ਹੁੰਦੀਆਂ ਨੇ। ਆਪਾਂ ਬਾਹਰਲੀ ਚੱਪਲ ਬਾਹਰ ਖੋਲਦਾਂਗੇ ਜੀ। ਅੱਜ ਮੈਂ ਤੁਹਾਡੇ ਨਾਲ ਬਹੁਤ ਜਿਹੜੀ ਇੱਥੇ ਮੈਨੂੰ ਜਿਹੜਾ ਇੱਕ ਫਰਕ ਨਜ਼ਰ ਆਇਆ ਹੈ ਨਾ, ਜਿਹੜੀ ਬਹੁਤ ਵਧੀਆ ਲੱਗਿਆ ਜਿਹੜਾ ਫਰਕ ਇੰਡੀਆ ਤੋਂ ਇੱਧਰ ਆਪਣੇ ਇਹਦੇ ਨਾਲ USA ਨਾਲ, ਉਹ ਦੱਸਦੀ ਹਾਂ ਤੁਹਾਨੂੰ। ਮੈਂ ਬੈਠ ਕੇ ਦੱਸਦੀ ਹਾਂ, ਆਪਾਂ ਉੱਪਰ ਰੱਖਣਾ, ਇਹਨੂੰ ਇੱਥੇ ਰੱਖ ਲੈਂਦੇ ਹਾਂ, ਫਿਰ ਚੱਲਦੇ ਹਾਂ ਉੱਪਰ। ਆਪਾਂ ਬੈਠ ਕੇ ਤੁਹਾਡੇ ਨਾਲ ਪਹਿਲਾਂ ਥੋੜ੍ਹਾ ਜਿਹਾ ਕਰਦੇ ਹਾਂ, ਸ਼ੇਅਰ ਕਰਦੇ ਹਾਂ। ਜਿਵੇਂ ਜੀ ਇਹ ਨਾ ਗਰੋਸਰੀ ਕਰਕੇ ਲੈ ਕੇ ਆਏ ਹਾਂ, ਚਲੋ ਉਹ ਤਾਂ ਕੀ ਦਿਖਾਉਣੀ ਹੈ ਗਰੋਸਰੀ ਤਾਂ। ਅਤੇ ਮਤਲਬ ਕਿ ਜਿਵੇਂ ਅਸੀਂ ਨਾ ਕਾਫੀ ਸਾਰਾ ਆਟੇ ਦੇ ਜਿਵੇਂ ਥੈਲੇ ਤਾਂ ਨਹੀਂ, ਵੱਡੀਆਂ ਵੱਡੀਆਂ ਥੈਲੀਆਂ ਖਰੀਦੀਆਂ ਨੇ, ਅਤੇ ਜਿਵੇਂ ਦਾਲਾਂ ਦੂਲਾਂ ਸਾਰੀਆਂ ਖਰੀਦੀਆਂ ਨੇ। ਅਤੇ ਫਿਰ ਮੈਨੂੰ ਐਂ ਲੱਗਦਾ ਸੀਗਾ ਵੀ ਉਹਨਾਂ ਦੀ ਕੁਆਂਟਿਟੀ ਜ਼ਿਆਦਾ ਹੋ ਗਈ ਹੈ ਨਾ। ਅਤੇ ਜਿਹੜੇ ਇੱਧਰ ਉਹ ਦੀਦੀ ਹੈਗੇ ਨੇ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਮਤਲਬ ਕਿ ਵੀ ਕੋਈ ਚੱਕਰ ਨਹੀਂ ਹੈਗਾ ਜੇ ਆਪਾਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਚੀਜ਼ ਖਰੀਦ ਲੈਂਦੇ ਹਾਂ, ਵੀ ਇੱਧਰ ਨਾ ਕਿਸੇ ਵੀ ਚੀਜ਼ ਦੇ ਵਿੱਚ ਜਿਹੜਾ ਉਹ ਹੈਗਾ ਆਪਣੇ ਢੋਰਾ ਨਹੀਂ ਪੈ ਜਾਂਦਾ, ਸੁਸਰੀ ਢੋਰਾ ਮਤਲਬ ਕਿ ਇਸ ਤਰ੍ਹਾਂ ਜੀਜੇ ਪੈ ਜਾਂਦੇ ਨੇ ਹੈ ਨਾ, ਹਲਦੀ 'ਚ ਮਿਰਚ 'ਚ ਵੀ ਪੈ ਜਾਂਦੇ ਨੇ, ਵੀ ਉਹ ਕੁਛ ਵੀ ਨਹੀਂ ਇੱਥੇ ਪੈਂਦਾ ਹੈਗਾ, ਕਿਉਂਕਿ ਜਿਹੜੀ ਇੱਧਰਲੀ ਧਰਤੀ ਹੈ ਨਾ ਰਾਫ ਹੈ, ਪਥਰੀਲੀ ਜੀ ਹੈ, ਇੱਥੇ ਉਹ ਨਹੀਂ ਹੈਗੀ, ਸੇਮ ਨਹੀਂ ਹੈਗੀ ਹੈ ਨਾ ਆਪਣੀ। ਸੇਮ ਹੋਣ ਕਰਕੇ 2 ਮਹੀਨੇ ਤੋਂ ਵੱਧ ਆਟਾ ਨਹੀਂ ਚੱਲਦਾ ਹੈਗਾ, ਉਹਦੇ ਵਿੱਚ ਸੁੰਡੀ ਪੈਣ ਲੱਗ ਜਾਂਦੀ ਹੈ, ਅਤੇ ਆਪਾਂ ਨੂੰ ਉਹ ਜਿਹੜੀ ਆਟਾ ਸਿੱਟਣਾ ਪੈਂਦਾ। ਅਤੇ ਇੱਥੇ ਜੇ ਸਾਲ ਆਟਾ ਪਿਆ ਰਹੇ ਉਹਦੇ ਵਿੱਚ ਸੁੰਡੀ ਨਹੀਂ ਪੈਂਦੀ ਹੈਗੀ, ਅਤੇ ਨਾ ਦਾਲਾਂ ਦੇ ਵਿੱਚ ਮਤਲਬ ਕਿ ਗੰਮਸ ਹੁੰਦੀ ਹੈ, ਅਤੇ ਨਾ ਜੀ ਪੈਂਦੇ ਨੇ ਜਿਹੜੇ ਆਪਾਂ ਢੋਰੇ ਢੂਰੇ ਕਹਿੰਦੇ ਹਾਂ। ਇਹ ਗੱਲ ਸੁਣ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਹੈ ਨਾ, ਫਿਰ ਮੈਂ ਸੋਚਿਆ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਜਿਹੜੀ ਅਜੀਬ ਜਿਹਾ ਵੀ ਲੱਗਿਆ ਅਤੇ ਵਧੀਆ ਵੀ ਲੱਗਿਆ, ਅਤੇ ਮਤਲਬ ਕਿ ਆਪਣੇ ਇੰਡੀਆ ਨਾਲੋਂ ਬਿਲਕੁਲ ਡਿਫਰੈਂਟ ਵੀ ਲੱਗਿਆ ਸਾਰਾ ਕੁਛ। ਅਤੇ ਉਹ ਮੈਂ ਤੁਹਾਨੂੰ ਹੈ ਨਾ ਪਹਿਲਾਂ ਵੀ ਦੱਸਿਆ ਸੀਗਾ ਵੀ ਪਥਰੀਲੀ ਧਰਤੀ ਹੋਣ ਕਰਕੇ ਹੈ ਨਾ, ਅਤੇ ਬਾਕੀ ਜਿਵੇਂ ਜਿਹੜਾ ਬਾਹਰੋਂ ਵੀ ਪਾਣੀ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ, ਜਿਹੜੇ ਬਾਹਰ ਬੂਟੇ ਬਾਟੇ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾਊਂਗੀ, ਇੰਨੇ ਸੋਹਣੇ ਫੁਹਾਰੇ ਲੱਗੇ ਹੋਏ ਨੇ, ਜਦੋਂ ਉਹਦਾ ਪਾਣੀ ਦੇਣਾ ਹੁੰਦਾ ਉਹ ਬਾਹਰ ਨਿਕਲ ਆਉਂਦੇ ਨੇ, ਅਤੇ ਜਦੋਂ ਉਹਨਾਂ ਨੂੰ ਔਫ ਕਰ ਦਿਉ ਮਤਲਬ ਕਿ, ਅਤੇ ਫਿਰ ਉਹ ਵਿੱਚੇ ਚਲੀ ਜਾਂਦੇ ਨੇ ਧਰਤੀ ਦੇ, ਧਰਤੀ ਦੇ ਵਿੱਚੋਂ ਹੀ ਨਿਕਲਦੇ ਨੇ ਅਤੇ ਵਿੱਚੇ ਚਲੇ ਜਾਂਦੇ ਨੇ। ਇਹਨਾਂ ਨੇ ਇਸ ਤਰ੍ਹਾਂ ਦੇ ਅੰਡਰਗਰਾਊਂਡ 'ਚ ਕੰਮ ਬਹੁਤ ਕੀਤੇ ਹੋਏ ਨੇ। ਜਿੱਥੇ ਕੈਲੀਫੋਰਨੀਆ ਆਪਾਂ ਰੁਕੇ ਹੋਏ ਹਾਂ ਜੀ, ਇੱਥੇ ਆਪਾਂ ਨੂੰ ਸਾਰੀ ਤਰ੍ਹਾਂ ਦੀ ਜਿਵੇਂ ਵਰਾਇਟੀ, ਸਾਰੀ ਤਰ੍ਹਾਂ ਦਾ ਟੇਸਟ ਮਿਲ ਜਾਂਦਾ ਹੈ, ਜਿਵੇਂ ਵੀ ਆਪਾਂ ਮਤਲਬ ਕਿ ਹੁਣ ਸੋਚਦੇ ਹਾਂ ਵੀ ਆਪਣਾ ਜਿਹੜਾ ਲਾਇਸੈਂਸ ਹੈ ਉਹ ਬਣ ਗਿਆ, ਅਤੇ ਹੁਣ ਆਪਾਂ ਥੋੜ੍ਹੀ ਜਿਹੀ ਰਾਈਡ ਕਰਿਆ ਕਰਾਂਗੇ, ਜਿਵੇਂ ਆਪਾਂ ਤੁਹਾਨੂੰ ਸਮੁੰਦਰ ਦਿਖਾਵਾਂਗੇ, ਪਹਾੜ ਦਿਖਾਵਾਂਗੇ। ਹੁਣ ਤੱਕ ਆਪਾਂ ਘਰ ਹੀ ਬੈਠੇ ਵੀਡੀਓ ਬਣਾ ਰਹੇ ਸੀਗੇ ਹੈ ਨਾ, ਜਾਂ ਫਿਰ ਚਲੋ ਥੋੜ੍ਹਾ ਜਿਹਾ ਮੌਲ ਮੂਲ ਤੱਕ ਜਾਂਦੇ ਸੀਗੇ, ਉਹ ਤੁਹਾਡੇ ਨਾਲ ਸ਼ੇਅਰ ਕੀਤਾ। ਹੁਣ ਤੁਹਾਨੂੰ ਬਾਹਰ ਦਾ ਵੀ ਵਿਊ ਦਿਆ ਕਰਾਂਗੇ, ਜੋ ਇੱਥੇ ਹੈਗਾ ਬਾਹਰ ਵੀ ਪਹਾੜ ਹੈਗੇ ਨੇ, ਸਮੁੰਦਰ ਹੈਗਾ, ਜੋ ਵੀ ਬਾਹਰ ਹੈਗਾ ਉਹ ਬਾਹਰ ਦਾ ਖੁਦ ਵੀ ਦੇਖਾਂਗੇ, ਤੁਹਾਨੂੰ ਵੀ ਦਿਖਾਵਾਂਗੇ, ਜਿਵੇਂ ਇੱਥੇ ਧਰਤੀ 'ਚੋਂ ਹੈ ਨਾ ਤੇਲ ਤੂਲ ਨਿਕਲਦਾ, ਹੋਰ ਜੋ ਵੀ ਖੁਦ ਨੂੰ ਵਧੀਆ ਲੱਗਿਆ ਵੀ ਹਾਂ ਡਿਫਰੈਂਟ ਲੱਗਿਆ ਆਪਣੇ ਇੰਡੀਆ ਨਾਲੋਂ, ਵੀ ਹਾਂ ਆਪਣੇ ਇੰਡੀਅਨ ਭੈਣ ਭਰਾਵਾਂ ਨੂੰ ਦਿਖਾਉਣਾ ਚਾਹੀਦਾ, ਉਹ ਸਾਰਾ ਕੁਛ ਵੀ ਤੁਹਾਨੂੰ ਦਿਖਾਵਾਂਗੇ, ਕਿਉਂਕਿ ਲਾਇਸੈਂਸ ਬਣ ਗਿਆ ਹੁਣ, ਅਤੇ ਆਪਾਂ ਟਰਾਈ ਕਰਦੇ ਹਾਂ ਗੱਡੀ ਲਵਾਂਗੇ, ਜਦੋਂ ਲਵਾਂਗੇ ਫਿਰ ਜਾਂ ਲੈ ਲਈ ਫਿਰ ਤੁਹਾਨੂੰ ਦੱਸਾਂਗੇ। ਅਤੇ ਫਿਰ ਮਤਲਬ ਕਿ ਵੈਸੇ ਤਾਂ ਚਲੋ ਮੈਂ ਚਲਾ ਲੈਂਦੀ ਹਾਂ ਗੱਡੀ, ਅਤੇ ਇੱਧਰ ਜਿਵੇਂ ਸੱਜੇ ਹੱਥੀ ਚੱਲਦੀਆਂ ਨੇ ਹੈ ਨਾ, ਉਹ ਥੋੜ੍ਹਾ ਜਿਹਾ ਆਪਾਂ ਨੂੰ ਮਤਲਬ ਕਿ ਕਲਾਸ ਸਕੂਲਿੰਗ ਕਰਨੀ ਪੈਣੀ ਹੈ, ਡਰਾਈਵਿੰਗ ਸਕੂਲਿੰਗ ਉਹ ਕਰਾਂਗੇ। ਅਤੇ ਜਿਹੜੇ ਮੈਂ ਰਿਟਰਨ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀਗੀ ਜੀ, ਉਹ ਡਨ ਹੋ ਗਿਆ ਸਾਰਾ ਕੁਛ ਆਪਣਾ, ਮਤਲਬ ਕਿ ਵੀ ਜਿਹੜਾ ਹੈਗਾ ਇਹ ਲਾਇਸੈਂਸ ਇਹ ਮਤਲਬ ਕਿ ਆਉਣ ਵਾਲਾ ਹੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਵੀ ਉਹ ਕੁਰੀਅਰ ਕਰਦੇ ਨੇ ਹੈ ਨਾ, ਮਤਲਬ ਕਿ ਵੀ ਉਹ ਹੋਇਆ ਹੋਇਆ, ਬਸ ਪਹੁੰਚਣ ਵਾਲਾ, ਜਦੋਂ ਆ ਜਾਂਦਾ ਫਿਰ ਆਪਾਂ ਗੱਡੀ ਖਰੀਦਾਂਗੇ, ਅਤੇ ਦੇਖਦੇ ਹਾਂ ਕਿਹੜੀ ਵਧੀਆ ਲੱਗਦੀ ਹੈ ਕਿਹੜੀ ਲੈਂਦੇ ਹਾਂ, ਅਤੇ ਫਿਰ ਉਹਦੀ ਜਿਹੜੀ ਸਕੂਲਿੰਗ ਕਲਾਸਾਂ ਲਾਵਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਅਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਬਾਹਰ ਦਾ ਵਿਊ ਦਿਖਾਵਾਂਗੇ ਬਹੁਤ ਤਰ੍ਹਾਂ ਦਾ।
ਬਹੁਤ ਕੁਛ ਇੱਥੇ ਜਾਣੀ ਆਪਣੇ ਇੰਡੀਆ ਨਾਲੋਂ ਡਿਫਰੈਂਟ ਵੀ ਹੈਗਾ। ਜਾਣੀ ਸਭ ਤੋਂ ਜਿਹੜੀ ਜ਼ਿਆਦਾ ਚੀਜ਼ ਹੈ ਨਾ ਡਿਫਰੈਂਟ ਵਾਲੀ ਹੈ ਨਾ, ਉਹ ਲਾ ਲਓ ਵੀ ਜੇ ਤਾਂ ਬੰਦੇ ਕੋਲ ਕੰਮ ਹੈਗਾ ਉਹ ਬਿਜ਼ੀ ਹੈ, ਅਤੇ ਬਿਜ਼ੀ ਹੈ ਤਾਂ ਉਹਨੂੰ ਐਡਾ ਕੋਈ ਪਤਾ ਜਿਹਾ ਨਹੀਂ ਲੱਗਦਾ ਹੈਗਾ ਲਾਈਫ ਦਾ ਬਿਜ਼ੀ ਹੋਣ ਕਰਕੇ ਹੈ ਨਾ। ਜਦੋਂ ਬੰਦਾ ਮਤਲਬ ਕਿ ਵੀ ਹਲੇ ਕੋਈ ਕੰਮ ਨਹੀਂ ਹੁੰਦਾ ਹੈਗਾ, ਉਹਨੂੰ ਫ੍ਰੀ ਹੁੰਦਾ ਹੈ, ਆਪਣੇ ਘਰ ਫ੍ਰੀ ਬੈਠਾ ਹੈ, ਉਦੋਂ ਥੋੜ੍ਹਾ ਜਿਹਾ ਐਂ ਲੱਗਦਾ ਵੀ ਆਪਣੇ ਜਿਵੇਂ ਵੀ ਇੰਡੀਆ ਦੇ ਵਿੱਚ ਹੁੰਦੇ ਨੇ ਘਰ ਦੇ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ ਹੈ ਨਾ, ਉਹਨਾਂ ਨਾਲ ਮਿਲਣਾ ਗਿਲਣਾ ਜੋ ਵੀ ਹੈ ਨਾ, ਵੀ ਉਹ ਜਣੀ ਉੱਧਰ ਇਸ ਤਰ੍ਹਾਂ ਚੱਲਦਾ ਰਹਿੰਦਾ, ਇੱਧਰ ਜਣੀ ਉਹ ਸਾਰਾ ਕੁਛ ਨਹੀਂ ਚੱਲਦਾ ਹੈਗਾ, ਕਿਉਂਕਿ ਸਾਰਿਆਂ ਨੂੰ ਕੰਮ ਕਰੇ ਬਿਨਾਂ ਸਰਦਾ ਨਹੀਂ। ਅਤੇ ਆਪਾਂ ਇੰਡੀਆ ਤੋਂ ਤਾਂ ਇਹ ਹੈ ਨਹੀਂ ਵੀ ਉੱਧਰੋਂ ਪੈਸਾ ਮੰਗਾਈ ਜਾਵਾਂਗੇ ਖਾਈ ਜਾਵਾਂਗੇ, ਉਹਦੇ ਨਾਲ ਤਾਂ ਪੂਰੀ ਨਹੀਂ ਪੈਂਦੀ, ਇੱਧਰਲਾ ਇੱਧਰ ਹੀ ਪੈਸਾ ਵਰਤਣ ਵਾਸਤੇ ਕੰਮ ਤਾਂ ਕਰਨਾ ਹੀ ਪੈਂਦਾ ਜੀ ਹੈ ਨਾ। ਜਦੋਂ ਕੰਮ ਕਰਦਾ ਬੰਦਾ ਫਿਰ ਇੰਨਾ ਬਿਜ਼ੀ ਹੋ ਜਾਂਦਾ, ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਕਿਸੇ ਨਾਲ ਬੋਲਣ ਦਾ, ਕਿਉਂਕਿ ਇੱਧਰ ਜਿਹੜੀਆਂ ਮਤਲਬ ਕਿ ਸ਼ੈਡਿਊਲ ਹੈ ਜੀ ਜਿਹੜਾ ਇੱਧਰ ਦਾ ਹੈ ਨਾ, ਇਹਨੂੰ ਕੀ ਕਹਿੰਦੇ ਨੇ ਇੱਧਰ ਸਕੈਜੂਅਲ ਸਕੈਜੂਅਲ ਹੈ ਨਾ, ਅਤੇ ਉਹ ਮਤਲਬ ਕਿ ਵੀ ਬਿਲਕੁਲ ਇਹ ਨਹੀਂ ਹੈਗਾ ਵੀ ਦਿਨ 'ਚ ਕੰਮ ਕਰਨਾ ਸਭ ਨੇ ਅਤੇ ਰਾਤ ਨੂੰ ਆਰਾਮ ਕਰਨਾ, ਕਿਸੇ ਦਾ ਰਾਤ ਨੂੰ ਹੁੰਦਾ, ਕਿਸੇ ਦਾ ਦਿਨ 'ਚ ਹੁੰਦਾ, ਕਿਸੇ ਦਾ ਸ਼ਾਮ ਨੂੰ ਹੁੰਦਾ, ਕਿਸੇ ਦਾ ਸਵੇਰੇ, ਕਿਸੇ ਦਾ ਦੁਪਹਿਰੇ, ਕੋਈ ਜਣੀ ਇੱਕ ਕੋਈ ਆ ਰਿਹਾ ਇੱਕ ਕੋਈ ਜਾ ਰਿਹਾ, ਸਾਰੇ ਇਸ ਤਰ੍ਹਾਂ ਬਿਜ਼ੀ ਨੇ ਜੀ। ਇਹ ਵੀ ਬਹੁਤ ਵੱਡਾ ਫਰਕ ਹੈ ਜੋ ਮੇਰੇ ਕਹਿਣ ਦਾ ਮਤਲਬ। ਚਲੋ ਵੀ ਬੰਦੇ ਨੂੰ ਮਿਹਨਤ ਤਾਂ ਕਰਨੀ ਓ ਚਾਹੀਦੀ ਹੈ, ਮਿਹਨਤ ਤਾਂ ਮਹਾਰਾਜ ਵੀ ਕਹਿੰਦੇ ਨੇ ਵੀ ਆਪਣੀ ਕਿਰਤ ਕਰੋ ਅਤੇ ਫਿਰ ਉਹਨੂੰ ਦਸਵੰਧ ਕੱਢ ਕੇ ਵੰਡ ਕੇ ਛਕੋ, ਅਤੇ ਉਹ ਆਪਾਂ ਨੂੰ ਚਲੋ ਕਿਰਤ ਕਰਨੀ ਤਾਂ ਬਹੁਤ ਜ਼ਰੂਰੀ ਹੈ, ਪਰ ਮੈਂ ਵੈਸੇ ਤੁਹਾਨੂੰ ਡਿਫਰੈਂਟ ਦੱਸ ਰਹੀ ਹਾਂ ਜੋ ਮਤਲਬ ਕਿ ਇੱਧਰ ਆ ਕੇ ਪਤਾ ਲੱਗਦਾ ਫੀਲ ਹੁੰਦਾ ਉਹ ਸਾਰਾ ਕੁਛ। ਇਹ ਜੀ ਆਪਾਂ ਨੇ ਕੁੱਕਰ ਦੇ ਵਿੱਚ ਖੀਰ ਬਣਾਈ ਹੈ, ਜਿਵੇਂ ਆਪਾਂ ਕਹਿੰਦੇ ਵੀ ਕੁੱਕਰ 'ਚ ਵਿਸਲ ਵਜਾ ਕੇ ਉਹ ਬਣ ਜਾਂਦੀ ਹੈ ਕੜੀ ਬਣ ਜਾਂਦੀ ਹੈ, ਉਸੇ ਤਰ੍ਹਾਂ ਆਪਾਂ ਨੇ ਖੀਰ ਬਣਾਈ ਹੈ। ਅਤੇ ਹੁਣ ਆਪਾਂ ਖੀਰ ਖਾਵਾਂਗੇ ਸ਼ੱਕਰ ਪਾ ਕੇ, ਅਤੇ ਆਪਾਂ ਨੇ ਫਿੱਕੀ ਖੀਰ ਬਣਾ ਲਈ ਜੀ, ਅਤੇ ਹੁਣ ਆਪਾਂ ਇਹਨੂੰ ਸ਼ੱਕਰ ਪਾ ਕੇ ਖਾ ਸਕਦੇ ਹਾਂ, ਕਿਉਂਕਿ ਫਿਰ ਜੇ ਇਹਦੇ 'ਚ ਮਿੱਠਾ ਪਾ ਲਓ ਫਿਰ ਸ਼ੱਕਰ ਨਹੀਂ ਪਾਈ ਜਾਂਦੀ, ਜ਼ਿਆਦਾ ਮਿੱਠਾ ਹੋ ਜਾਂਦਾ, ਪਰ ਜਿਹੜੀ ਖੀਰ ਹੈ ਜੀ ਇਹ ਸ਼ੱਕਰ ਵਾਲੀ ਬਹੁਤ ਵਧੀਆ ਲੱਗਦੀ ਹੈ। ਮੈਨੂੰ ਲੱਗਦਾ ਥੋੜ੍ਹੀ ਜੀ ਮੈਂ ਹੁਣੇ ਖੋਲ੍ਹ ਕੇ ਦੇਖ ਰਹੀ ਹਾਂ, ਪਹਿਲਾਂ ਹੈਗਾ ਸੀ ਇਹਦੇ 'ਚ ਦੁੱਧ, ਪਰ ਹੁਣ ਜਣੀ ਉਹ ਹੋ ਗਈ, ਜਣੀ ਦੁੱਧ ਜਿਹਾ ਘੱਟ ਗਿਆ, ਆਪਾਂ ਦੁੱਧ ਉਬਾਲੀ ਦੇ ਕੇ ਹੋਰ ਵੀ ਪਾ ਸਕਦੇ ਹਾਂ, ਪਰ ਹੁਣ ਆਪਣੀ ਇਹ ਬਿਲਕੁਲ ਬਣ ਕੇ ਤਿਆਰ ਹੈ। ਇਹ ਆਪਾਂ ਦੁੱਧ ਦੇ ਵਿੱਚ ਇਲਾਇਚੀ ਦਾ ਉੱਪਰੋਂ ਕਵਰ ਤਾਰ ਕੇ ਉਹਦੇ ਵਿਚਲੇ ਜਿਹੜੇ ਬੀਜ ਹੁੰਦੇ ਨੇ ਹੈ ਨਾ, ਉਹ ਆਪਾਂ ਨੇ ਉਹ ਕਰ ਲਏ ਸੀਗੇ, ਕੁੱਟ ਕੇ ਪਾ ਲਏ ਸੀ, ਫਿਰ ਉਹਦੀ ਬਹੁਤ ਸੋਹਣੀ ਖੁਸ਼ਬੂ ਹੋ ਜਾਂਦੀ ਹੈ ਛੋਟੀ ਇਲਾਇਚੀ ਦੀ। ਲੌਂਗ ਤਾਂ ਜਿਵੇਂ ਮਿੱਠੇ ਚੌਲ ਹੁੰਦੇ ਨੇ ਉਹਨਾਂ 'ਚ ਵਧੀਆ ਲੱਗਦਾ, ਇਹਦੇ 'ਚ ਛੋਟੀ ਇਲਾਇਚੀ ਵਧੀਆ ਲੱਗਦੀ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ, ਚੀਨੀ ਨਹੀਂ ਪਾਉਂਦੇ, ਸ਼ੱਕਰ ਪਾਵਾਂਗੇ, ਹੁਣ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਸ਼ੱਕਰ, ਠੀਕ ਹੈ ਜੀ। ਵੈਸੇ 2 ਚਮਚੇ ਨਾਲ ਵੀ ਸਰ ਜਾਂਦਾ, ਮੈਂ ਤਾਂ 3 ਪਾ ਲਏ, ਥੋੜ੍ਹਾ ਜਿਹਾ ਜਣੀ ਵੀ ਨੋਰਮਲ ਜਿਹਾ ਮਿੱਠਾ ਵਧੀਆ ਲੱਗਦਾ, ਘੱਟ ਜਿਹਾ ਥੋੜ੍ਹਾ ਘੱਟ ਰਹਿ ਜਾਂਦਾ। ਹੁਣ ਆਪਾਂ ਚੱਲਦੇ ਹਾਂ ਬਾਹਰ, ਆ ਜਾਓ, ਇਹ ਆਪਾਂ ਲਾਈਟ ਇੱਥੋਂ ਨਾ ਆਫ ਕਰ ਦਿੰਦੇ ਹਾਂ। ਇਹਦੀ ਬਹੁਤ ਸੋਹਣੀ ਆਵਾਜ਼ ਹੈ, ਤੁਹਾਡਾ ਵੀ ਦਿਲ ਕਰਨ ਲੱਗ ਜਾਣਾ ਖੀਰ ਖਾਣ ਨੂੰ, ਕਦੇ ਕਦੇ ਦਿਲ ਕਰਦਾ ਜੀ ਆਪਾਂ ਕੁਛ ਮਤਲਬ ਕਿ ਮਿੱਠੀ ਜਿਹੀ ਡਿਸ਼ ਖਾਈਏ, ਅਤੇ ਕਦੇ ਕਦੇ ਕਰਦਾ ਜਣੀ, ਹਮੇਸ਼ਾ ਨਹੀਂ। ਜੋ
ਜਦੋਂ ਦਿਲ ਕਰੇ ਫਿਰ ਖਾ ਵੀ ਲਵੇ। ਇਹ ਜਿਹੜੀ ਇੰਨੀ ਹਵਾ ਚੱਲ ਰਹੀ ਹੈ ਜੀ, ਹੈ ਨਾ, ਸਭ ਨੂੰ ਵਧੀਆ ਲੱਗਦਾ ਠੰਡਾ ਠੰਡਾ ਜਿਹਾ, ਪਰ ਮੈਨੂੰ ਤਾਂ ਠੰਡ ਲੱਗਣ ਲੱਗ ਜਾਂਦੀ ਹੈ, ਮੇਰੇ ਤਾਂ ਵਾਲ ਜੇ ਖੜ ਗਏ ਬਾਹਾਂ ਦੇ। ਬਾਹਰ ਦਾ ਵਿਊ ਬਹੁਤ ਸੋਹਣਾ ਹੋਣਾ, ਬੱਚੇ ਖੇਡ ਰਹੇ ਸੀਗੇ ਬਾਹਰ, ਸ਼ਾਮ ਨੂੰ ਖੇਡਦੇ ਨੇ ਜੀ, ਬਹੁਤ ਵਧੀਆ ਲੱਗਦਾ। ਠੀਕ ਹੈ ਜੀ, ਫਿਰ ਅਗਲੀ ਵੀਡੀਓ 'ਚ ਮਿਲਦੇ ਹਾਂ। ਗੁਰੂ ਮਹਾਰਾਜ ਸਭ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।